ਮੇਰੇ ਚਾਚਾ ਜੀ ਦੇ ਬੜੇ ਬੇਟੇ ਸਨ, ਇਹਨਾਂ ਦਾ ਨਾਮ ਅਸ਼ੋਕ ਕੁਮਾਰ ਹੈ। ਸਾਡੇ ਚਾਚਾ ਜੀ ਦਾ ਨਾਮ ਬਚਨਾ ਰਾਮ ਹੈ। ਇਹ ਕਾਲਾ ਬਾਜ਼ਾਰ ਪਿੰਡ ਤੋਂ ਬਲੋਂਗ ਕਰਦੇ ਨੇ। ਇਹਨਾਂ ਦੀ ਉਮਰ 61 ਸਾਲ ਸੀ। ਇਹ 1.25 ਮਹੀਨਾ ਪਹਿਲਾਂ ਹੀ ਹਾਲੇ ਰਿਟਾਇਰ ਹੋਏ ਸੀ। ਇਹਨਾਂ ਦੀ ਮਿਸਿਸ ਦੀ ਕੱਲ੍ਹ ਨੂੰ ਰਿਟਾਇਰਮੈਂਟ ਸੀ ਅਤੇ ਅੱਜ ਤੋਂ 24-25 ਦਿਨ ਪਹਿਲਾਂ ਇਹਨਾਂ ਦਾ ਭੱਠਾ ਹੈ ਪਿੰਡ ਕੌਲੀਆਂ, ਤਾਂ ਆਪਣਾ ਬਿਜ਼ਨਸ ਵਪਾਰ ਕਰਕੇ ਭੱਠੇ ਤੋਂ ਨਿਕਲ ਗਏ ਸਨ, ਤਾਂ ਰਸਤੇ ਵਿੱਚ ਕੁਛ ਅਣਪਛਾਤੇ ਬੰਦਿਆਂ ਨੇ ਗੱਡੀ ਰੋਕ ਕੇ ਇਹਨਾਂ ਤੋਂ ਬੈਗ, ਜਿਹਦੇ ਵਿੱਚ ਲੈਪਟੋਪ ਵਗੈਰਾ ਕੈਸ਼ ਵਗੈਰਾ ਸੀ, ਉਹ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਬੈਗ ਉਹਨਾਂ ਛੱਡਿਆ ਨਹੀਂ, ਜਿਸ ਦੇ ਕਾਰਨ ਅਸ਼ੋਕ ਕੁਮਾਰ ਜੀ ਨੂੰ ਦੋ ਗੋਲੀਆਂ ਮਾਰੀਆਂ ਗਈਆਂ ਅਤੇ 25 ਦਿਨ ਪਹਿਲਾਂ ਉਹ ਏਸ਼ੀਆ ਕੋਲੰਬੀ ਹਸਪਤਾਲ 'ਚ ਪਟਿਆਲੇ ਦਾਖਲ ਸਨ, ਮੌਤ ਨਾਲ ਜੂਝ ਰਹੇ ਸਨ। ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਜੋ ਠੀਕ ਠਾਕ ਹੋ ਗਿਆ, ਪਰੰਤੂ ਬਾਅਦ ਦੇ ਵਿੱਚ ਇਨਫੈਕਸ਼ਨ ਇੰਨੀ ਫੈਲ ਗਈ ਕਿ ਉਹ ਦੁਬਾਰੇ ਆਪਰੇਸ਼ਨ ਕਰਨ ਦੇ ਕਾਬਲ ਨਹੀਂ ਰਹੇ। ਆਖਿਰ ਦੇ ਵਿੱਚ ਅੱਜ ਤੋਂ 5-6 ਦਿਨ ਪਹਿਲਾਂ ਸੋਮਵਾਰ ਨੂੰ PGI ਰੈਫਰ ਕਰ ਦਿੱਤੇ ਅਤੇ ਅਤੇ ਕੱਲ੍ਹ 28 ਤਰੀਕ ਨੂੰ ਰਾਤ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਮੰਡੀ ਨਿਵਾਸੀ ਇਕੱਠੇ ਹੋ ਕੇ ਮੰਦਰ ਚੌਂਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ, ਕਿਉਂਕਿ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। SSP ਸਾਹਿਬ ਅਤੇ ਹੋਰ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਬੰਦੇ ਗ੍ਰਿਫਤਾਰ ਨਹੀਂ ਕੀਤੇ। ਸਾਨੂੰ ਇਨਸਾਫ ਚਾਹੀਦਾ, ਉਹ ਬੰਦੇ ਗ੍ਰਿਫਤਾਰ ਕੀਤੇ ਜਾਣ ਤਾਂ ਜੋ ਅਸ਼ੋਕ ਕੁਮਾਰ ਦੇ ਕਤਲਾਂ ਦਾ ਸਹੀ ਪਤਾ ਲੱਗ ਸਕੇ। ਅਗਰ ਅਸ਼ੋਕ ਦੇ ਕਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਬਾਅਦ ਨਹਿਰ ਉੱਤੇ ਜਾ ਕੇ ਜੋ GT ਰੋਡ ਹੈ ਮੇਨ ਉਹ ਰੋਕਾਂਗੇ। ਅਗਰ ਜ਼ਰੂਰਤ ਪਈ ਤਾਂ ਅਸੀਂ ਜ਼ਿਲ੍ਹਾ ਪੱਧਰ 'ਤੇ ਵੀ ਪ੍ਰੋਟੈਸਟ ਕਰਾਂਗੇ। ਮਾਮਲਾ ਇਹ ਪਿਛਲੀ 31 ਜਨਵਰੀ ਨੂੰ ਰਿਟਾਇਰ ਹੋਈ ਸੀ ਸਾਡੇ ਸਕੂਲ ਦੇ ਵਿੱਚੋਂ, ਅਤੇ ਬਾਕੀ ਆਪਣੇ ਰੋਜ਼ਮਰ੍ਹਾ ਦੇ ਜਿਹੜਾ ਕੰਮ ਸੀ ਉਹਨਾਂ ਦਾ ਪੱਠੇ ਦਾ ਉੱਥੇ ਜਾਂਦੇ ਸੀ, ਅਤੇ 5 ਤਰੀਕ ਨੂੰ ਸ਼ਾਮ ਨੂੰ 7 ਵਜੇ ਇਹ ਘਟਨਾ ਵਾਪਰੀ ਹੈ, ਜਦੋਂ ਉਹ ਭੱਠੇ ਤੋਂ ਆਪਣਾ ਕੰਮ ਨਿਬੇੜ ਕੇ ਘਰ ਵੱਲ ਜਾ ਰਹੇ ਸੀ ਅਤੇ ਲੁਟੇਰਿਆਂ ਨੇ ਉਹਨਾਂ ਨੂੰ ਰਾਹ ਵਿੱਚ ਘੇਰ ਲਿਆ ਅਤੇ ਗੱਡੀ ਖੋਲ੍ਹੀ ਕੈਸ਼ ਖੋਲ੍ਹਿਆ ਅਤੇ ਗਾਲੀ ਗਲੋਚ ਕੀਤਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ। ਅਸੀਂ ਅੱਜ ਇਸ ਰੋਸ ਵਜੋਂ, ਉਹਨਾਂ ਦੀ ਰਾਤ ਮੌਤ ਹੋ ਚੁੱਕੀ ਹੈ, ਅਸੀਂ ਰੋਸ ਵਜੋਂ ਸ਼ਹਿਰ 'ਚ ਅੱਜ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਤੇ ਉਹਨਾਂ ਦੀ ਡੈੱਡ ਬੋਡੀ ਆਉਣ 'ਤੇ ਅਸੀਂ ਨਹਿਰ ਦੇ ਉੱਤੇ ਜਾਮ ਲਾਵਾਂਗੇ ਅਤੇ ਉਦੋਂ ਤੱਕ ਜਾਮ ਹੈ ਜਿਹੜਾ ਜਾਰੀ ਰਹੂ ਜਦੋਂ ਤੱਕ ਅਸ਼ੋਕ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਉਦੋਂ ਤੱਕ ਅਸੀਂ ਸਮੂਹ ਲੋਕਾਂ ਨਾਲ ਰਲ ਕੇ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ। ਧੰਨਵਾਦ ਸਰ। ਇਹ ਸਾਡਾ ਇੱਕ ਭੱਠਾ ਮਾਲਕ ਜਿਹੜਾ ਥਾਣੇ ਦੇ ਵਿੱਚ ਭੱਠਾ ਚਲਾਉਂਦਾ ਪਿੰਡ ਓਬਿਆ, ਇਹ ਸ਼ਾਮ ਨੂੰ ਤਕਰੀਬਨ 5 ਵਜੇ ਦੀ ਘਟਨਾ ਸੀ। ਭੱਠਾ ਮਾਲਕ ਆਪਣੇ ਭੱਠੇ ਤੋਂ ਭੱਠੇ ਦੀ ਕੰਮਾਂ ਧੰਦਾ ਦੇਖ ਕੇ ਵਾਪਸ ਜਾ ਰਿਹਾ ਸੀ ਤਾਂ ਉੱਥੇ 2 ਅਣਪਛਾਤੇ ਲੁਟੇਰੇ ਆਏ ਅਤੇ ਉਹਨਾਂ ਕੋਲ ਸਾਡੇ ਭੱਠਾ ਮਾਲਕ ਕੋਲ ਕੁਛ 2-2.5 ਲੱਖ ਰੁਪਇਆ ਪੇਮੈਂਟ ਸੀ ਅਤੇ ਉਹਨਾਂ ਨੇ ਉਸ ਪੇਮੈਂਟ ਨੂੰ ਲੁੱਟਣ ਵਾਸਤੇ ਸਾਡੇ ਭੱਠਾ ਮਾਲਕ 'ਤੇ ਹਥਿਆਰਾਂ ਨਾਲ ਲਾਇਸੈਂਸ, ਮਤਲਬ ਉਹਨਾਂ ਕੋਲ ਅਸਲਾ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੇ ਭੱਠਾ ਮਾਲਕ 'ਤੇ ਅਟੈਕ ਕੀਤਾ ਅਤੇ ਉਹ ਸਾਡੇ ਜਿਹੜੇ ਭੱਠਾ ਮਾਲਕ ਬਾਪ ਸੀਗੇ, ਬਾਪ ਨੇ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਜੋ ਅੱਜ ਤੁਹਾਡੇ ਸਾਹਮਣੇ ਹੈ। ਸਰ ਇਹ ਪ੍ਰੋਟੈਸਟ ਕੋਈ ਅੱਜ ਦਾ ਨਹੀਂ ਹੈ, ਇਹ ਅਸੀਂ ਪ੍ਰੋਟੈਸਟ ਉਸੇ ਦਿਨ ਤੋਂ ਕਰਦੇ ਆ ਰਹੇ ਹਾਂ। ਅਸੀਂ SHO ਸਾਹਿਬ, DSP ਸਾਹਿਬ, SSP ਸਾਹਿਬ ਅਤੇ SPD ਸਾਹਿਬ ਨੂੰ ਮਿਲਿਆ ਵੀ ਸਾਡੇ ਜਿਹੜੇ ਉਹ ਸਾਡੇ ਭੱਠਾ ਮਾਲਕ ਦੇ ਕਾਤਲ ਨੇ, ਕਿਉਂਕਿ ਸਾਨੂੰ ਕੰਡੀਸ਼ਨ ਦਿਖ ਰਹੀ ਸੀ ਵੀ ਸਾਡਾ ਭੱਠਾ ਮਾਲਕ ਨਹੀਂ ਬਚਣਾ, ਵੀ ਸਰ ਉਹ ਭੱਠਾ ਮਾਲਕ ਸਾਡਾ ਆਖਰੀ ਸਾਹਾਂ 'ਤੇ ਹੈ ਅਤੇ ਜਿਹੜੇ ਉਹਦੇ ਕਾਤਲ ਨੇ ਉਹਨਾਂ ਨੂੰ ਫੜ ਕੇ
ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਸਰ ਹੁਣ ਜਿਹੜੇ ਮੰਨ ਲਓ ਇੱਥੇ ਹੈ, ਇਹ ਭੱਠਾ ਐਸੋਸੀਏਸ਼ਨ ਦਾ ਇਕੱਲੀ ਦਾ ਮਸਲਾ ਨਹੀਂ ਰਿਹਾ, ਇੱਥੇ ਸਾਰੀਆਂ ਟ੍ਰੇਡਾਂ, ਟੀਚਰ ਐਸੋਸੀਏਸ਼ਨ ਅਤੇ ਸੈਲਰ ਐਸੋਸੀਏਸ਼ਨ ਅਤੇ ਹੋਰ ਸ਼ਹਿਰ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਨੇ। ਅੱਜ ਇਹ ਜਿਹੜਾ ਮਸਲਾ ਸਾਰੀਆਂ ਜਥੇਬੰਦੀਆਂ ਦੀਆਂ ਲਹਿਰੇ ਦਾ ਇਕੱਠਾ ਸਾਂਝਾ ਹੋ ਗਿਆ। ਜੋ ਵੀ ਫੈਸਲਾ ਹੋਊਗਾ, SHO ਸਾਹਿਬ ਆਏ ਸੀ, ਉਹਨਾਂ ਨੇ ਸਾਨੂੰ ਹਫ਼ਤੇ ਦਾ ਆਸ਼ਵਾਸਨ ਦਿੱਤਾ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਸੀਨੀਅਰ ਆਫਿਸਰ ਸਾਹਿਬਾਨ, SSP ਸਾਹਿਬ ਜਾਂ DSPD ਉਹ ਆਉਣ ਅਤੇ ਆ ਕੇ ਜੋ ਵੀ ਪਬਲਿਕ ਨੂੰ, ਸੰਗਤ ਨੂੰ ਦੱਸਣਾ ਉਹ ਦੱਸਣ, ਉਸ ਤੋਂ ਜਿਹੜਾ ਫੈਸਲਾ ਅਗਲਾ ਉਦੋਂ ਬਾਅਦ ਲੈ ਜਾਓ। ਅਸ਼ੋਕ ਕੁਮਾਰ ਜੀ ਦੇ ਦੋ ਅਨਨੋਨ ਪਰਸਨ ਗੋਲੀ ਮਾਰ ਕੇ ਗੱਡੀ ਲੈ ਗਏ ਸੀਗੇ, ਗੱਡੀ ਅਸੀਂ ਰਿਕਵਰ ਕਰ ਲਈ ਹੈਗੀ ਅਤੇ ਬਾਕੀ ਉਹਨਾਂ ਦੇ ਵੀ ਅਸੀਂ ਟਰੇਸ ਕਰ ਲਈ, ਬਹੁਤ ਜਲਦੀ ਟਰੇਸ ਕਰ ਲਾਂਗੇ, ਬਹੁਤ ਮਿਹਨਤ ਨਾਲ ਅਸੀਂ ਕੰਮ ਕਰ ਰਹੇ ਹਾਂ। ਵਿਸ਼ਵਾਸ ਦਵਾਇਆ ਸਾਨੂੰ ਟਾਈਮ ਦਿੱਤਾ ਜਾਵੇ, ਬਹੁਤ ਜਲਦੀ ਅਸੀਂ ਇਹਨੂੰ ਟਰੇਸ ਕਰ ਲਾਂਗੇ। ਨਹੀਂ ਐਵੀਡੈਂਸ ਅਸੀਂ ਇਹ ਕੋਈ ਦੱਸ ਨਹੀਂ ਸਕਦੇ, ਕਹਿੰਦੇ ਸਾਡੀ ਐਵੀਡੈਂਸ ਖਰਾਬ ਹੋ ਜਾਂਦੀ, ਇਹਦੇ ਨਾਲ ਮਾੜਾ ਬੰਦਾ ਅਲਰਟ ਹੋ ਜਾਂਦਾ, ਉਹ ਜਲਦੀ ਟਰੇਸ ਕਰ ਲਾਂਗੇ। ਨਹੀਂ ਉਹ ਵੀ ਅਸੀਂ ਚੈੱਕ ਕੀਤੇ ਹੈਗੇ, CCTV ਕੈਮਰੇ ਵੀ ਕੀਤੇ ਹੈਗੇ, ਬਾਕੀ ਵੀ ਮਾਡਰਨ ਤਰੀਕੇ ਨਾਲ ਅਤੇ ਆਪਣੇ ਸੋਰਸ ਪੈਦਾ ਕਰਕੇ ਉਹ ਵੀ ਸਾਰੇ ਅਸੀਂ ਲੱਗੇ ਹੋਏ ਹਾਂ ਜਲਦੀ ਟਰੇਸ ਕਰ।